पंजाब वन प्रेजेंट्स सत श्री अकाल जी, मैं हाँ किरण ते पंजाब वन देख रहे सारे दर्शकों का स्वागत है। तुसी देख रहे हो प्रोग्राम जी आया नू। ते अज असी अपने वेड़े जिन्हां नू जी आया आख्या उन्हां दा नाम है जी मिक्कू सिंह। बहुत ही वधिया रैपर भी ने ते नाल दी नाल म्यूजिक डायरेक्टर भी ने। ते आओ फिर तुहानू मिलवाउनी है। ਸਤਿ ਸ਼੍ਰੀ ਅਕਾਲ ਮਿੱਤਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਚੈਨਲ ਪੰਜਾਬ ਵਨ ਟੀ ਵੀ ਦੇ ਦਰਸ਼ਕਾਂ ਨੂੰ ਸਾਰਿਆਂ ਨੂੰ ਪਿਆਰ ਭੇਜ ਸਤਿ ਸ਼੍ਰੀ ਅਕਾਲ ਔਰ ਆਪ ਜੀ ਦਾ ਵੀ ਜੀ ਆਇਆਂ ਨੂੰ ਔਰ ਨਿੱਘਾ ਸਵਾਗਤ ਹੈ ਤੁਹਾਡਾ, ਕਿਉਂਕਿ ਸਾਰੇ ਆਰਟਿਸਟਾਂ ਤੁਸੀਂ ਸਭ ਸਵਾਗਤ ਕਰਦੇ ਹੋ, ਰੂਬਰੂ ਕਰਵਾਉਂਦੇ ਹੋ, ਪਰ ਐਤਕੀ ਮੈਂ ਤੁਹਾਡਾ ਸਵਾਗਤ ਕਰ ਰਿਹਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ। ਮੇਕੋ ਜੀ, ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ। ਮੈਂ ਜੀ ਜ਼ਿਲ੍ਹਾ ਜਲੰਧਰ ਤੋਂ ਜੀ, ਖਾਸ ਜਲੰਧਰ ਤੋਂ, ਸ਼ਹਿਰ ਤੋਂ ਮੈਂ। ਔਰ ਕੀ ਖਾਸ ਹੈ ਤੁਹਾਡੇ ਸ਼ਹਿਰ ਦੇ ਵਿੱਚ? ਸਾਡੇ ਸ਼ਹਿਰ ਦੇ ਵਿੱਚ ਜੀ ਸਪੋਰਟਸ ਜੋ ਉਸ ਚੀਜ਼ ਤੋਂ ਫੇਮਸ ਹੈ, ਔਰ ਓਬਵੀਅਸਲੀ ਹੈ ਜੀ ਪੰਜਾਬੀ ਸਿੰਗਿੰਗ ਜਿਹੜੀ ਹੈ ਸਾਡੇ ਸ਼ਹਿਰ ਦੀ ਕਾਫੀ ਪ੍ਰਚਲਿਤ ਹੈਗੀ ਹੈ। ਜਿੰਨੇ ਵੀ ਆਰਟਿਸਟ ਹੈ, ਹੰਸ ਜੀ ਹੋਏ, ਸਾਬਰ ਕੋਟੀ ਜੀ, ਆਪਣਾ ਜਿੰਨੇ ਵੀ ਪੂਰਨ ਸ਼ਾਹ ਕੋਟੀ ਜੀ, ਸਾਰੇ ਸਾਡੇ ਜਲੰਧਰ ਤੋਂ ਹੀ ਹੈ। ਕਿਆ ਬਾਤ ਹੈ ਜੀ, ਫਿਰ ਤੇ ਸਾਰੀ ਸਿੰਗਿੰਗ ਇੰਡਸਟਰੀ ਮੋਸਟਲੀ ਉੱਥੇ ਹੀ ਸ਼ੁਰੂ ਹੋਈ ਹੈ। ਜੀ ਜੀ ਜੀ, ਠੀਕ ਹੈ। ਔਰ ਫੈਮਿਲੀ 'ਚ ਕੌਣ ਕੌਣ ਹੈ? ਫੈਮਿਲੀ 'ਚ ਮੇਰੇ ਜੋ ਐਟ ਪ੍ਰੈਜ਼ੈਂਟ ਮੇਰੇ ਫਾਦਰ ਨੇ, ਮੇਰੀ ਵਾਈਫ, ਮੇਰਾ ਬੇਟਾ ਜੀ। ਔਰ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਤੁਸੀਂ ਆਪਣੇ ਮਿਊਜ਼ੀਕਲ ਸਫ਼ਰ ਦੀ? ਮਿਊਜ਼ਿਕ ਡਾਇਰੈਕਸ਼ਨ ਬਾਰੇ ਕਿਵੇਂ ਸੋਚਿਆ ਤੁਸੀਂ? ਮਿਊਜ਼ਿਕ ਡਾਇਰੈਕਸ਼ਨ ਦਾ ਕੁਝ ਮੈਂ ਸੋਚਿਆ ਨਹੀਂ ਸੀਗਾ। ਐਕਚੁਅਲੀ ਸਕੂਲ ਲਾਈਫ ਜਦੋਂ ਹੁੰਦੀ ਸੀਗੀ ਪੰਜਾਬੀ ਸੌਂਗ ਸੁਣਨੇ, ਅਤੇ ਇੱਕ ਸੋਹਣਾ ਅਲੱਗ ਮੈਟਰ ਹੁੰਦਾ ਸੀਗਾ, ਬਟ ਉਸ ਜਿਹੜੇ ਇੰਸਟਰੂਮੈਂਟ ਪਲੇ ਹੁੰਦੇ ਸੀਗੇ ਉਹਨਾਂ ਵੱਲ ਮੈਂ ਡੀਪਲੀ ਇਨਫਲੂਐਂਸ ਹੋ ਜਾਂਦਾ ਸੀਗਾ। ਲਾਈਕ ਢੋਲ ਹੋਇਆ, ਤੂੰਬੇ ਹੋਇਆ, ਕਿੱਦਾਂ ਚੱਲ ਰਿਹਾ, ਕੀ ਹੁੰਦਾ ਇਹ, ਜਦੋਂ ਰਿਕਾਰਡਿੰਗ ਸਟੂਡੀਓ 'ਚ ਹੁੰਦਾ ਸੀ ਵਰਕ, ਇਹ ਕਿੱਦਾਂ ਉਹਨੂੰ ਸੈੱਟ ਕਰਦੇ ਹੋਵੋਗੇ, ਕਿਉਂਕਿ ਇੱਕ ਲਾਈਵ ਢੋਲ ਹੈ, ਉਹਨੂੰ ਆਪਾਂ ਵਰਕ ਪਲੇ ਕਰ ਰਹੇ ਹਾਂ, ਬਟ ਉਹਨੂੰ ਐਡਜਸਟ ਕਿਸ ਤਰ੍ਹਾਂ ਕਰਨਾ, ਉਸ ਚੀਜ਼ ਬਾਰੇ ਮੈਨੂੰ ਥੋੜ੍ਹਾ ਜਿਹਾ ਕਰਿਓਸਟੀ ਸੀ ਇਸ ਚੀਜ਼ ਦੀ। ਵੀ ਫਿਰ ਹੌਲੀ ਹੌਲੀ ਮੈਂ ਮਤਲਬ ਮੇਰੇ ਰਿਲੇਸ਼ਨ 'ਚ ਸੀਗੇ ਦਿੱਲੀ, ਮੈਂ ਉਹਨਾਂ ਨਾਲ ਕੋਂਟੈਕਟ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਇੱਥੇ ਸਟੂਡੀਓ ਲਾਈਨ 'ਚ ਜਿਹੜੇ ਹੈਗੇ ਨੇ ਉਹ ਤੁਸੀਂ ਉਹਨਾਂ ਨੂੰ ਆ ਕੇ ਮਿਲ। ਮੈਂ ਉਹਨਾਂ ਨੂੰ ਮਿਲਿਆ ਜਾ ਕੇ, ਗੱਲ ਸਾਰਾ ਉਹਨੂੰ ਦੱਸਿਆ ਵੀ ਇੱਦਾਂ ਦਾ ਮੈਂ ਜਿਹੜਾ ਫੋਕਸ ਕਰਨਾ ਚਾਹੁੰਦਾ ਐਜ਼ ਏ ਮਿਊਜ਼ਿਕ ਡਾਇਰੈਕਟਰ। ਸੋ ਹੌਲੀ 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 ਆਪਣੇ ਜਿਹੜੀ ਮੈਂ ਕੋਂਟੈਕਟ ਕਰਨੇ ਸ਼ੁਰੂ ਕਰ ਦਿੱਤੇ ਆਰਟਿਸਟ ਨਾਲ। ਸੋ ਮੇਰੀ ਫਸਟ ਐਲਬਮ ਜਿਹੜੀ ਸੀਗੀ ਉਹ 2009 ਵਿੱਚ ਰਿਲੀਜ਼ ਹੋਈ ਸੀਗੀ, ਔਰ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਜਿਹੜੇ ਉਹ ਐਲਬਮ, ਖੈਰ ਮੈਂ ਵੀ ਨਿਊ ਕਮਰ ਸੀਗਾ ਔਰ ਜਿਹੜੇ ਆਰਟਿਸਟ ਵੀ ਸਾਰੇ ਨਿਊ ਕਮਰ ਸੀਗੇ। ਸੋ ਜਿਨ੍ਹਾਂ ਤੁਸੀਂ ਅੱਜ ਨੂਰਾ ਸਿਸਟਰ ਨਾਮ ਨਾਲ ਜਾਣਦੇ ਹੋ, ਉਹਨਾਂ ਨੂੰ ਫਸਟ ਐਲਬਮ 'ਚ ਬ੍ਰੇਕ ਮੇਰੀ ਐਲਬਮ 'ਚ ਮਿਲੀ ਸੀ, ਜੋਤੀ ਨੂਰਾ ਸੁਲਤਾਨਾ ਨੂਰਾ। ਬਹੁਤ ਖੂਬ ਜੀ। ਔਰ ਕਿਵੇਂ ਇਹ ਸਬੱਬ ਬਣਿਆ ਕਿ ਪਹਿਲਾ ਟਰੈਕ ਹੀ ਇੰਨੇ ਅੱਛੇ ਆਰਟਿਸਟਾਂ ਦਾ ਤੁਹਾਨੂੰ ਮਿਲਿਆ ਜੀ? ਔਰ ਤੁਸੀਂ ਕਦੀ ਸੋਚਿਆ ਸੀ ਕਿ ਲਾਈਫ ਦੇ ਵਿੱਚ ਤੁਸੀਂ ਐਜ਼ ਏ ਮਿਊਜ਼ਿਕ ਡਾਇਰੈਕਟਰ ਇੰਨੀ ਅੱਗੇ ਤੱਕ ਆ ਪਾਓਗੇ? ਨਹੀਂ, ਇੱਦਾਂ ਦਾ ਕੁਛ ਪਲੈਨ ਨਹੀਂ ਸੀਗਾ, ਬਸ ਇਹ ਸੀਗਾ ਫੋਕਸ ਸੀ ਮੇਰਾ ਕਿ ਮੈਂ ਇਸ ਲਾਈਨ ਵਿੱਚ ਅੱਗੇ ਇਨਕਰੀਜ਼ ਹੋਣਾ ਔਰ ਅੱਗੇ ਵਧਣਾ, ਔਰ ਮਾਰਕੀਟ ਵਿੱਚ ਮੈਂ ਆਪਣੇ ਜਿੰਨੇ ਵੀ ਕੰਟੈਕਟ ਸੀਗੇ, ਮੇਰੇ ਲਿੰਕ ਸੀਗੇ, ਮੈਂ ਉਹਨਾਂ ਨੂੰ ਗੇਨ ਕਰਦਾ ਗਿਆ। ਸੋ ਮੇਰੀ ਉਸ, ਮੈਂ ਉਸ ਟਾਈਮ ਦੀ ਗੱਲ ਕਰਾਂ ਜਦੋਂ ਮਲਟੀ ਪ੍ਰੋਜੈਕਟ ਦੇ ਐਲਬਮਸ ਜਾਂ ਸੀਡੀਜ਼ ਹੁੰਦੀਆਂ ਸੀਗੀਆਂ, ਖੈਰ ਹੁਣ ਅੱਜ ਕੱਲ੍ਹ ਸੀਡੀਜ਼ ਨਹੀਂ ਚੱਲਦੀਆਂ, ਅੱਜ ਕੱਲ੍ਹ ਡਿਜੀਟਲ ਹੀ ਕੰਮ ਚੱਲਦਾ ਹੈ, ਫਿਜ਼ੀਕਲੀ ਬਹੁਤ ਘੱਟ ਹੈ। ਸੋ ਡਿਜੀਟਲ ਵਿੱਚ ਵੀ ਮੈਂ ਕੰਮ ਕਰ ਰਿਹਾ ਔਰ ਫਿਜ਼ੀਕਲੀ ਵੀ ਮੈਂ ਕਾਫੀ ਕੰਮ ਕੀਤਾ ਹੋਇਆ, ਔਰ ਠੀਕ ਹੈ, ਲੱਗਦਾ ਕਿ ਉਹ ਟਾਈਮ ਤੋਂ ਅੱਜ ਟਾਈਮ ਤੱਕ ਮੈਂ ਸਫ਼ਰ ਤੈਅ ਕਰ ਰਿਹਾ ਅਪਰੋਕਸੀਮੇਟਲੀ 9 ਈਅਰ, ਮੈਨੂੰ 9 ਸਾਲ ਹੋ ਗਏ ਨੇ ਇੰਡਸਟਰੀ 'ਚ ਮੇਰੀ ਫਸਟ ਐਲਬਮ ਆਇਆ, ਬਟ ਉਸ ਤੋਂ ਪਹਿਲਾਂ ਦਾ ਮੈਂ ਕੰਮ ਕਰ ਰਿਹਾ। ਆਈ ਥਿੰਕ ਸੋ 2005 ਤੋਂ, 2005 ਤੋਂ ਮੈਂ ਇਸ ਲਾਈਨ ਨਾਲ ਜੁੜਿਆ ਹੋਇਆ। ਔਰ 2005 ਤੋਂ ਲੈ ਕੇ 2009 ਤੱਕ ਦਾ ਸਫ਼ਰ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਫਸਟ ਐਲਬਮ ਤੁਹਾਨੂੰ ਜੀ 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 ਜਿਹੜੀ ਬ੍ਰੇਕ ਮਿਲੀ ਹੈ ਤੁਹਾਨੂੰ 2009 ਦੇ ਵਿੱਚ ਮਿਲੀ ਹੈ। ਐਕਚੁਅਲੀ ਸਟਾਰਟਿੰਗ ਮੈਂ ਸਫ਼ਰ ਕਿਵੇਂ ਦਾ ਰਿਹਾ? ਸਫ਼ਰ ਇਸ ਤਰ੍ਹਾਂ ਮੈਂ ਤੁਹਾਨੂੰ ਉਹੀ ਦੱਸਦਾ, ਮੇਰੇ ਇੱਕ ਬਹੁਤ ਖਾਸ ਮਿੱਤਰ, ਮੈਂ ਮੇਰੇ ਅਜ਼ੀਜ਼ ਮਿੱਤਰ ਨੇ, ਮੈਂ ਜਿੱਥੇ ਵੀ ਮੈਂ ਇੰਟਰਵਿਊਜ਼ ਮੇਰੇ ਹੋਣਗੇ ਇਨ ਫਿਊਚਰ 'ਚ, ਮੈਂ ਉੱਥੇ ਉਹਨਾਂ ਦਾ ਨਾਮ ਜ਼ਰੂਰ ਲਾਂਗਾ, ਕਿਉਂਕਿ ਮੈਨੂੰ ਮਾਰਕੀਟ 'ਚ ਲਿਆਉਣ ਵਾਲੇ ਸ਼ਖਸ ਉਹੀ ਨੇ, ਕਿਉਂਕਿ ਕਹਿੰਦੇ ਨਾ ਕਿ ਜਿਹੜੇ ਬਿਲਕੁਲ ਉਸ ਇਨਸਾਨ ਨੂੰ ਭੁੱਲਣਾ ਵੀ ਨਹੀਂ ਚਾਹੀਦਾ, ਭੁੱਲਣਾ ਨਹੀਂ ਚਾਹੀਦਾ, ਜਿਨ੍ਹਾਂ ਨੇ ਤੁਹਾਨੂੰ ਖੜੇ ਕੀਤਾ ਹੁੰਦਾ ਹੈ ਰੋਜ਼ੀ ਰੋਟੀ ਲਈ, ਜੀ ਜੀ, ਤੁਹਾਡਾ ਨੇਮ ਫੇਮ ਬਣਾਇਆ। ਰਾਈਟ ਰਾਈਟ। ਅਤੇ ਐਕਚੁਅਲੀ ਮੇਰੇ ਬਹੁਤ ਅੱਛੇ ਮਿੱਤਰ ਨੇ, ਪ੍ਰਵੀਨ ਵਿੱਕੀ ਨਾਮ ਹੈ ਸਿੰਗਰ ਨੇ, ਉਹ ਵੀ ਬਹੁਤ ਅੱਛਾ, ਮਤਲਬ ਜਾਗਰਨ ਵਗੈਰਾ ਔਰ ਦਿੱਲੀ ਸ਼ੋਅ ਵਗੈਰਾ ਵੀ ਬਹੁਤ ਅੱਛੇ ਲਗਾਉਂਦੇ ਨੇ। ਸੋ ਉਹਨਾਂ ਨਾਲ ਮੇਰਾ ਕੰਟੈਕਟ ਹੋਣਾ ਸ਼ੁਰੂ ਹੋਇਆ ਹੌਲੀ ਹੌਲੀ, ਜਿਵੇਂ ਦੂਰਦਰਸ਼ਨ 'ਤੇ ਨਵੇਂ ਸਾਲ ਦੇ ਪ੍ਰੋਗਰਾਮ ਆਉਣੇ, ਲਗਾਤਾਰ 2 ਸਾਲ ਮੈਂ ਉਹਨਾਂ ਦਾ ਸਿੰਗਲ ਸਿੰਗਲ ਟਰੈਕ ਮਲਟੀ ਪ੍ਰੋਜੈਕਟ ਵਿੱਚ ਐਜ਼ ਏ ਨਿਊ ਕਮਰ ਦੇ ਤੌਰ 'ਤੇ ਮੈਂ ਕੀਤਾ ਸੀ ਵਰਕ। ਸੋ 2005-2006 'ਚ ਮੇਰੇ ਮਾਰਕੀਟ 'ਚ ਆਏ ਸੀਗੇ, 7 ਵਿੱਚ ਮੈਂ ਨਹੀਂ ਕੀਤਾ। ਸੋ ਪਲੈਨ ਬਣਾਇਆ ਵੀ ਨਹੀਂ, ਸਾਲ ਬਾਅਦ ਇੱਕ ਗਾਣਾ ਨਹੀਂ ਦੇਣਾ, ਹੁਣ ਇੱਕ ਆਪਣਾ ਇੰਡੀਵਿਜੁਅਲ ਪ੍ਰੋਜੈਕਟ ਕਰਨਾ। ਸੋ ਭਾਜੀ ਹੋਰੀ ਵੀ ਸੀ ਉਹਦੇ ਵਿੱਚ, ਉਸ ਐਲਬਮ ਵਿੱਚ, ਫਿਰ ਅਵਤਾਰ ਸਫਰੀ, ਬਲਵਿੰਦਰ ਸਫਰੀ ਉਹਨਾਂ ਦੇ ਬ੍ਰਦਰ, ਉਹਨਾਂ ਨਾਲ ਮੇਲ ਹੋਇਆ,
ਜੋਤੀ ਨੂਰਾਂ ਸੁਲਤਾਨਾ ਨੂਰਾਂ ਉਹਨਾਂ ਦੇ ਫਾਦਰ ਸਾਹਿਬ ਗੁਲਸ਼ਨ ਮੀਰ ਜੀ ਉਹਨਾਂ ਦਾ ਵੀ ਟਰੈਕ ਸੀਗਾ ਇਸ ਐਲਬਮ ਦੇ ਵਿੱਚ ਸੋ ਤੁਸੀਂ ਜਾਣੋਗੇ ਦਿਲਬਹਾਰ ਜੋ ਕਿ ਗੁਲਸ਼ਨ ਜੀ ਦੇ ਬ੍ਰਦਰ ਨੇ ਉਹਨਾਂ ਦਾ ਫਿਲਮ 'ਚ ਗਾਣਾ ਆਇਆ ਸੀ ਉਹ ਲੱਕੀ ਲੱਕੀ ਹੋਈ ਜੁਗਨੀ ਰਹਿੰਦੀ ਸ਼ੀਸ਼ੇ ਪਾਰ ਉਹਨਾਂ ਦਾ ਵੀ ਇਸ ਐਲਬਮ 'ਚ ਸੌਂਗ ਸੀਗਾ ਸੋ ਕਰਦੇ ਕਰਦੇ ਤਕਰੀਬਨ 10-12 ਟਰੈਕ ਜਿਹੜੀ ਮੈਂ ਉਹ ਐਲਬਮ ਸੀਗੀ ਉਹ ਮਾਰਕੀਟ 'ਚ ਲਿਆਉਂਦੀ ਸੀ ਉਹ ਜਿਹੜੀ ਐਲਬਮ ਸੀਗੀ ਉਹ ਕੰਪਨੀ ਜਲੰਧਰ ਦੀ ਹੈ ਕਿੰਗ ਆਡੀਓ ਮੈਨੂੰ ਕਾਫੀ ਅੱਛਾ ਫੀਲ ਹੁੰਦਾ ਪ੍ਰਾਊਡ ਫੀਲ ਹੁੰਦਾ ਕਿ ਮੈਂ ਸਟਾਰਟਿੰਗ ਮੈਂ ਕੀਤੀ ਹੈ ਚੰਗੀ ਕੰਪਨੀ ਨਾਲ ਕੀਤੀ ਹੈ ਜੀ ਬਿਲਕੁਲ ਜੀ ਔਰ ਆਪਾਂ ਫਸਟ ਟਰੈਕ ਦੀ ਗੱਲ ਕਰਦੇ ਹਾਂ ਤੁਹਾਡੇ ਦੀ ਕਿ ਜਿਹਨੂੰ ਤੁਸੀਂ ਮਿਊਜ਼ਿਕ ਦਿੱਤਾ ਜੀ ਜੀ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹ ਕਿਵੇਂ ਤੁਹਾਡੇ ਤੱਕ ਪਹੁੰਚਿਆ ਔਰ ਪਹਿਲਾ ਟਰੈਕ ਸੀਗਾ ਤੁਹਾਡਾ ਕਿਤੇ ਨਾ ਕਿਤੇ ਨਰਵਸਨੈਸ ਹੋਏਗੀ ਕਿ ਪਤਾ ਨਹੀਂ ਕਿਸ ਤਰ੍ਹਾਂ ਦਾ ਮਿਊਜ਼ਿਕ ਨਿਕਲੇਗਾ ਕੀ ਰਿਸਪੌਂਸ ਜਿਹੜਾ ਉਹ ਦਰਸ਼ਕਾਂ ਦਾ ਸਾਨੂੰ ਮਿਲੇਗਾ ਤੇ ਕਿਵੇਂ ਦਾ ਸਾਰਾ ਐਕਸਪੀਰੀਅੰਸ ਓਵਰਆਲ ਰਿਹਾ ਜੀ ਐਕਚੁਅਲੀ ਜਿਹੜਾ ਮੇਰਾ ਫਸਟ ਟਰੈਕ ਆਇਆ ਸੀਗਾ ਵੀਡੀਓ ਦੀ ਹੋਈ ਸੀਗੀ ਬਕਾਇਦਾ ਉਹ ਬਹੁਤ ਅੱਛਾ ਰਿਸਪੌਂਸ ਮਿਲਿਆ ਮੈਨੂੰ ਉਹਦਾ ਸਟਾਰਟਿੰਗ ਸੀ ਮੈਂ ਉਮੀਦ ਨਹੀਂ ਸੀ ਜਿੰਨੀ ਕੀਤੀ ਉਸ ਤੋਂ ਜ਼ਿਆਦਾ ਮੈਨੂੰ ਮਿਲਿਆ ਔਰ ਜਿੰਦ ਕਰਤੀ ਕਮਲੀ ਵੇ ਉਹ ਗਾਣੇ ਦਾ ਸੀਗੇ ਬੋਲ ਸੋ ਉਹ ਅੱਛਾ ਸੀਗਾ ਬਟ ਮੇਰਾ ਫੋਕਸ ਜਿਹੜਾ ਸੀਗਾ ਮੈਂ ਇਸ ਤੋਂ ਅੱਗੇ ਹੋਰ ਕੁਛ ਕਰਨਾ ਚਾਹੁੰਦਾ ਸੀ ਲਾਈਕ ਮੈਂ ਚਾਹੁੰਦਾ ਸੀਗਾ ਕਿ ਮੈਂ ਹੋਰ ਅੱਛੇ ਔਰ ਬਿਗ ਆਰਟਿਸਟ ਨਾਲ ਕੰਮ ਕਰਾਂ ਤਾਂ ਕਿ ਮੈਨੂੰ ਲੋਕਾਂ ਤੱਕ ਵੱਧ ਤੋਂ ਵੱਧ ਮਿਲੇ ਸੋ ਸੈਕਿੰਡ ਐਲਬਮ ਜਿਹੜੀ ਮੈਂ ਰੈਡੀ ਕਰਨੀ ਸ਼ੁਰੂ ਕੀਤੀ ਸੀ 2009 ਦੇ ਵਿੱਚ ਕਿਉਂਕਿ ਮੇਰੇ ਐਲਬਮ ਰਿਲੀਜ਼ ਹੋਣ ਤੋਂ ਬਾਅਦ ਨਾਲ ਹੀ ਮੈਂ ਤਿਆਰੀ 'ਚ ਜੁੱਟ ਗਿਆ ਸੀ ਔਰ ਮਾਇੰਡ 'ਚ ਇੱਕੋ ਸੀ ਵੀ ਜੇ ਹੁਣ ਕੰਮ ਕਰਨਾ ਹੈ ਤਾਂ ਬਿਗ ਆਰਟਿਸਟ ਨਾਲ ਕਰਨਾ ਹੈ ਨਹੀਂ ਤਾਂ ਨਹੀਂ ਕਰਨਾ ਕਿਉਂਕਿ ਹੈ ਉਸ ਵੇਲੇ ਮਲਟੀ ਪ੍ਰੋਜੈਕਟ ਦਾ ਟ੍ਰੈਂਡ ਸੀਗਾ ਸੋ ਹੌਲੀ ਹੌਲੀ ਰਾਬਤਾ ਕਾਇਮ ਹੋਇਆ ਜਿਸ ਤਰ੍ਹਾਂ ਤੁਹਾਨੂੰ ਪਤਾ ਮਾਰਕੀਟ 'ਚ ਲਿੰਕ ਡਿਵੈਲਪ ਹੁੰਦੇ ਨੇ ਲੈਂਬਰ ਭਾਜੀ ਨਾਲ ਮੇਰੇ ਕੰਟੈਕਟ ਹੋਇਆ ਲੈਂਬਰ ਭਾਜੀ ਨਾਲ ਫਸਟ ਐਲਬਮ ਤੋਂ ਬਾਅਦ ਮੈਂ ਟਰੈਕ ਕੀਤਾ ਸੀਗੇ ਉਸ ਐਲਬਮ ਵਿੱਚ ਲੈਂਬਰ ਭਾਜੀ ਸੀ ਜੈਲੀ ਮਨਜੀਤਪੁਰੀ ਜੀ ਔਰ ਪਰਵੇਜ਼ ਪੇਜੀ ਪੇਜੀ ਸ਼ਾਹਕੁੱਟੀ ਜਿਹਨਾਂ ਨੂੰ ਅੱਜ ਕੱਲ੍ਹ ਜਾਣਦੇ ਹਾਂ ਅਸੀਂ ਅਵਤਾਰ ਸਫਰੀ ਅਤੇ ਇੱਕ ਤੋਂ ਹੋਰ ਨਿਊ ਕਮਰ ਸੀਗੇ ਉਸ ਐਲਬਮ ਦੀ ਖਾਸੀਅਤ ਇਹ ਸੀਗੀ ਕਿ ਉਸ ਐਲਬਮ ਵਿੱਚ ਲੈਂਬਰ ਭਾਜੀ ਦੇ ਇੱਕੋ ਤਰ੍ਹਾਂ ਦੇ ਗਾਣੇ ਨੂੰ ਮੈਂ 3 ਵਰਜ਼ਨ ਵਿੱਚ ਰੈਡੀ ਕੀਤਾ ਸੀ ਕੀ ਬਾਤ ਮਿਹਨਤ ਕਾਫੀ ਕੀਤੀ ਜੀ ਮਤਲਬ ਇੱਕ ਟਰੈਕ ਨੂੰ ਢੋਲ ਬੀਟ 'ਤੇ ਇੱਕ ਨੂੰ ਪ੍ਰੋਪਰ ਵੈਸਟਰਨ 'ਤੇ ਜਿਹਨੂੰ ਆਪਾਂ ਗਿਟਾਰ 'ਤੇ ਕਹਿ ਸਕਦੇ ਹਾਂ ਔਰ ਸੈਕਿੰਡਲੀ ਜਿਹੜਾ ਸੀਗਾ ਉਹ ਕਲੱਬ ਮਿਕਸ ਸੀ ਸੋ ਟੀ ਸੀਰੀਜ਼ ਕੰਪਨੀ ਵੱਲੋਂ ਰਿਲੀਜ਼ ਹੋਇਆ ਸੀ ਪ੍ਰੋਜੈਕਟ ਉਹ ਔਰ ਕਿਹੜਾ ਫਾਈਨਲ ਹੋਇਆ ਸੀਗਾ ਤਿੰਨਾਂ ਵਿੱਚੋਂ ਫਿਰ ਤਿੰਨੋਂ ਹੀ ਉਹ ਐਲਬਮ ਵਿੱਚ ਰਿਲੀਜ਼ ਹੋਈ ਸੀ ਤਿੰਨੋਂ ਟਰੈਕ ਜਿਹਦੀ ਵੀਡੀਓ ਬਕਾਇਦਾ ਬਣੀ ਸੀ ਢੋਲ ਬੀਟ ਵਾਲੇ ਦੀ ਸਭ ਤੋਂ ਜ਼ਿਆਦਾ ਰਿਸਪੌਂਸ ਕਿਹੜੇ ਮਿਊਜ਼ਿਕ ਨੂੰ ਮਿਲਿਆ ਸੀਗਾ ਓਬਵੀਅਸਲੀ ਅੱਜ ਕੱਲ੍ਹ ਤੁਹਾਨੂੰ ਪਤਾ ਜੋ ਟ੍ਰੈਂਡ ਚੱਲਦਾ ਜੋ ਦਿਖਤਾ ਉਹ ਵਿਕਤਾ ਹੈ ਬੀਟ ਨੂੰ ਸੋ ਬੀਟ ਨੂੰ ਚੱਲਦਾ ਕਿਉਂਕਿ ਉਹਦੀ ਵੀਡੀਓ ਬਣੀ ਹੈ ਖੈਰ ਮਾੜਾ ਕੋਈ ਵੀ ਨਹੀਂ ਸੀ ਮੰਨਿਆ ਜੀ ਬਿਲਕੁਲ ਮਿੱਕੂ ਜੀ ਅਕਸਰ ਦੇਖਿਆ ਗਿਆ ਕਿ ਮਿਊਜ਼ਿਕ ਡਾਇਰੈਕਟਰ ਬਣਨ ਤੋਂ ਪਹਿਲਾਂ ਹਮੇਸ਼ਾ ਮਿਊਜ਼ਿਕ ਡਾਇਰੈਕਟਰ ਜਿਹੜੇ ਆ ਆਲਮੋਸਟ ਜ਼ਿਆਦਾਤਰ ਗੱਲ ਕਰ ਰਹੀ ਹਾਂ ਜੀ ਕਿ ਇੰਸਟਰੂਮੈਂਟ ਪਲੇ ਕਰਦੇ ਆ ਜੀ ਤੁਸੀਂ ਵੀ ਪਹਿਲਾਂ ਇੰਸਟਰੂਮੈਂਟ ਪਲੇ ਕਰਦੇ ਰਹੇ ਹੋ ਜਾਂ ਸਿੱਧਾ ਮਿਊਜ਼ਿਕ ਡਾਇਰੈਕਸ਼ਨ ਜੀ ਐਕਚੁਅਲੀ ਮੈਂ ਇੰਸਟਰੂਮੈਂਟ ਪਲੇ ਕਿਤੇ ਸਟੇਜ 'ਤੇ ਨਹੀਂ ਕੀਤਾ ਨਾ ਮੈਨੂੰ ਕੋਈ ਐਸਾ ਮੌਕਾ ਮਿਲਿਆ ਜੀ ਮੈਂ ਢੋਲ ਜ਼ਰੂਰ ਪਲੇ ਕਰ ਲੈਂਦਾ ਕਿਉਂਕਿ ਮੈਂ ਜਿੰਨਾ ਤੋਂ ਸਿੱਖਿਆ ਹੋਇਆ ਮੈਂ ਐਕਚੁਅਲੀ ਸਕੂਲ ਟਾਈਮਿੰਗ ਤੁਹਾਨੂੰ ਮੈਂ ਗੱਲ ਦੱਸਦਾ ਭੰਗੜਾ ਸਿੱਖਣ ਦਾ ਬਹੁਤ ਸ਼ੌਂਕ ਸੀ ਮੈਨੂੰ ਮੈਂ ਭੰਗੜਾ ਪਲੇਅਰ ਰਿਹਾ ਔਰ ਸਕੂਲ ਟਾਈਮਿੰਗ ਮੈਂ ਭੰਗੜੇ ਵਗੈਰਾ ਜਿੰਨੇ ਪ੍ਰੋਗਰਾਮ ਹੁੰਦੇ ਸੀਗੇ ਮੈਂ ਕੀਤੇ ਹੈ ਔਰ ਜਿੱਥੋਂ ਮੈਂ ਭੰਗੜਾ ਸਿੱਖਦਾ ਸੀਗਾ ਉਸਤਾਦ ਜੀ ਤੋਂ ਅਤੇ ਥੋੜ੍ਹੀ ਜਿਹੀ ਮੈਨੂੰ ਕ੍ਰੀਏਟਿਵਿਟੀ ਹੋਈ ਮੈਂ ਆਪਣੇ ਆਪ 'ਚ ਹੋਇਆ ਵੀ ਨਹੀਂ ਮੈਨੂੰ ਉਸੇ ਢੋਲ 'ਤੇ ਉਹ ਮੈਨੂੰ ਭੰਗੜਾ ਸਿਖਾ ਰਿਹਾ ਅਤੇ ਕਿਉਂ ਨਾ ਮੈਂ ਉਸ ਚੀਜ਼ ਨੂੰ ਉਸ ਸਾਜ਼ ਨੂੰ ਸਿੱਖਾਂ ਕਿਉਂਕਿ ਤੁਹਾਨੂੰ ਮੈਂ ਸਟਾਰਟਿੰਗ ਦੱਸਿਆ ਕਿ ਮੈਨੂੰ ਇਸ ਚੀਜ਼ ਦੀ ਕਿਉਰਿਓਸਿਟੀ ਸੀਗੀ ਇੰਸਟਰੂਮੈਂਟ ਜਿਹੜੇ ਆ ਉਹ ਕਿਸ ਤਰ੍ਹਾਂ ਪਲੇ ਹੁੰਦੇ ਜਾਂ ਕਿਸ ਤਰ੍ਹਾਂ ਐਡਜਸਟ ਕਰਦੇ ਆ ਸੋ ਮੈਂ ਉਹਨਾਂ ਕੋਲ ਢੋਲ ਸਿੱਖਿਆ ਸੀਗਾ ਮੈਨੂੰ ਮੌਕਾ ਪ੍ਰਾਪਤ ਹੋਇਆ ਉਸਤਾਦ ਰਿਸ਼ਪਾਲ ਜੀ ਸੋ ਉਹਨਾਂ ਤੋਂ ਮੈਂ ਢੋਲ ਦੇ ਨਾਲ ਥੋੜ੍ਹੀ ਜਿਹਾ ਨੌਲੇਜ ਲਈ ਸੋ ਹੁਣ ਇਸ ਵੇਲੇ ਮੈਂ ਜਿਹੜੇ ਹੈਗੀ ਹੈ ਕਾਫੀ ਜਿੰਨੇ ਟਰੈਕ ਹੈਗੇ ਆ ਉਹਨਾਂ 'ਤੇ ਵਰਕ ਕਰ ਰਿਹਾ ਜੀ ਔਰ ਕਿਹੜੇ ਕਿਹੜੇ ਟਰੈਕਸ ਜਿਹੜੇ ਹੁਣ ਤੱਕ ਤੁਸੀਂ ਦਰਸ਼ਕਾਂ ਨੂੰ ਦੇ ਚੁੱਕੇ ਹੋ ਸਾਡੇ ਦਰਸ਼ਕਾਂ ਨੂੰ ਆਪਣੇ ਟਰੈਕਸ ਬਾਰੇ ਦੱਸੋ ਜੀ ਟਰੈਕਸ ਮੈਡਮ ਕਾਫੀ ਆਏ ਸਟਾਰਟਿੰਗ ਜਿਹੜੇ ਤੁਹਾਨੂੰ ਦੱਸਿਆ ਐਲਬਮਸ ਮਿਲੀਆਂ 3-4 ਐਲਬਮ ਜਿਹੜੀਆਂ ਸਾਰੇ ਗਾਵਾਂ ਕੰਪਨੀ ਤੋਂ ਟੀ ਸੀਰੀਜ਼ ਤੋਂ ਆਈਆਂ ਨੇ ਔਰ ਉਸ ਤੋਂ ਬਾਅਦ ਹੁਣ ਅੱਜ ਕੱਲ੍ਹ ਜੋ ਟ੍ਰੈਂਡ ਚੱਲ ਰਿਹਾ ਸਿੰਗਲ ਟ੍ਰੈਂਕ ਚੱਲ ਰਿਹਾ ਇੱਕ ਟਰੈਕ ਆਇਆ ਸੀ ਫੁਕਰੀ ਜੋ ਕਿ ਗੁਰਜੰਟ ਭੁੱਲਰ ਜੀ ਦੀ ਆਵਾਜ਼ ਸੀਗਾ ਬਹੁਤ ਅੱਛਾ ਲੋਕਾਂ ਨੇ ਉਸਨੂੰ ਪਿਆਰ ਦਿੱਤਾ ਸਿੰਘ ਸਰਦਾਰ ਮੇਰੇ ਬ੍ਰਦਰ ਨੇ ਰਣਜੀਤ ਸਿੰਘ ਜੀ ਜਰਮਨ ਤੋਂ ਉਹਨਾਂ ਦਾ ਨਿਰਮਲ ਸਿੱਧੂ ਭਾਅ ਜੀ ਹੋਰਾਂ ਦੇ ਮੈਂ ਦੋ ਟਰੈਕ ਕੀਤੇ ਇੱਕ ਖਾੜਕੂ ਕੀਤਾ ਸੀਗਾ ਔਰ ਇੱਕ ਮੈਂ ਹੁਣ ਰੀਸੈਂਟਲੀ ਮੇਰਾ ਰਿਲੀਜ਼ ਹੋਇਆ ਨਾਮ ਚੱਲੇ ਜੱਟ ਦਾ ਸੋ ਇਸ ਤਰ੍ਹਾਂ ਕਾਫੀ ਟਰੈਕ ਨੇ ਸੁਰਿੰਦਰ ਲਾਡੀ ਭਾਅ ਜੀ ਹੋਰਾਂ ਦੇ ਨੇ ਕਾਫੀ ਆਰਟਿਸਟ ਨੇ ਜਿਹਨਾਂ ਨਾਲ ਮੈਂ ਵਰਕ ਕੀਤਾ ਹੋਇਆ ਵੈਸੇ ਤਾਂ ਸਰ ਤੁਸੀਂ ਮਿਊਜ਼ਿਕ ਡਾਇਰੈਕਟਰ ਹੋ ਔਰ ਜ਼ਿਆਦਾਤਰ ਫੋਕਸ ਤੁਸੀਂ ਆਪਣੇ ਮਿਊਜ਼ਿਕ ਨੂੰ ਹੀ ਦੇਣਾ ਚਾਹੁੰਦੇ ਹੋ ਡਾਇਰੈਕਸ਼ਨ ਦੇ ਵਿੱਚ ਪਰ ਫਿਰ ਵੀ ਨਾਲ ਦੀ ਨਾਲ ਤੁਸੀਂ ਰੈਪਰ ਵੀ ਹੋ ਔਰ ਕੁਛ ਨਾ ਕੁਛ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ ਜੀ ਓਬਵੀਅਸਲੀ ਮੇਰਾ ਰੀਸੈਂਟਲੀ ਟਰੈਕ ਰਿਲੀਜ਼ ਹੋਇਆ ਸੀਗਾ ਸਿੰਘ ਸਰਦਾਰ ਮੈਂ ਉਹਦੀਆਂ 2 ਲਾਈਨਾਂ ਤੁਹਾਨੂੰ ਮੈਂ ਜ਼ਰੂਰ ਸੁਣਾਵਾਂਗਾ ਵੀ ਉਹਦੇ ਵਿੱਚ ਅਸੀਂ ਬਹੁਤ ਅੱਛਾ ਮੈਸੇਜ ਦਿੱਤਾ ਸੀਗਾ ਸੋਸ਼ਲ 'ਚ ਵੀ
ਵੀ ਦਸਤਾਰ ਸਾਨੂੰ ਜ਼ਰੂਰ ਸਜਾਉਣੀ ਚਾਹੀਦੀ ਹੈ। ਸੋ ਉਹਦੇ 'ਚ ਇਹ ਸੀਗਾ, ਸੁਣ ਮੇਰੇ ਵੀਰ ਗੱਲ ਸੀ ਨਾ ਜਾ ਉਚੀਰ, ਖਾਤਿਰ ਸੋਹਣੀ ਦਸਤਾਰ ਹੋਈ ਕੁਰਬਾਨ ਲੱਖਾਂ ਸੀ। ਕਾਫੀ ਚਰਖੜੀਆਂ ਚੜੇ ਅੱਗੇ ਆ ਰਿਆਂ ਦੇ ਖੜੇ, ਸਫ਼ਰ ਤੀਰਾਂ ਅਤੇ ਤਲਵਾਰਾਂ ਵਿੱਚੋਂ ਲੰਘੇ ਖੰਡੇ ਦੀਆਂ ਤਾਰਾਂ, ਮੈਂ ਇਕੱਲਾ ਨਹੀਂ ਉਹ ਕਹਿੰਦਾ ਸਾਰਾ ਕਹਿੰਦਾ ਏ ਜਹਾਨ, ਹੋਵੇ ਸਿਰ ਦਸਤਾਰ ਇਹੀ ਸਿੰਘ ਦੀ ਪਹਿਚਾਣ, ਸਜਾ ਲਿਆ ਸੋਹਣੀ ਦਸਤਾਰ ਬਣ ਜਾ ਗੁਰੂ ਦਾ ਲਾਲ, ਤੁਰੇ ਆਉਂਦੇ ਨੂੰ ਬੁਲਾਉਣ ਲੋਕੀ ਸਤਿ ਸ਼੍ਰੀ ਅਕਾਲ, ਵੀਰਾ ਪਗੜੀ ਸੰਭਾਲ ਦਸਤਾਰ ਨੂੰ ਸੰਭਾਲ। ਸੋ ਇਹ ਉੱਗੀਸ ਦਾ ਰੈਪ ਸੀਗਾ, ਕਾਫੀ ਲੋਕਾਂ ਨੇ ਪਸੰਦ ਕੀਤਾ ਜੀ। ਔਰ ਰੈਪ ਇਸੇ ਸਟਾਈਲ ਦੇ ਵਿੱਚ ਹੀ ਸੀਗਾ ਜੀ, ਕਿਉਂਕਿ ਮੈਸੇਜ ਜਿਹੜਾ ਸੀ ਅਗਰੈਸਿਵਲੀ ਦੇਣਾ ਸੀਗਾ ਮੈਂ, ਉਹਦੇ ਵਿੱਚ ਇੱਕ ਸਮਝਾਉਣ ਵਾਲੀ ਥਿੰਕ ਵੀ ਸੀ, ਅਗਰੈਸਿਵਲੀ ਵੀ ਸੀ। ਸੋ ਇਸੇ ਫੀਲ ਦੇ ਵਿੱਚ ਇਸੇ ਵੇਜ਼ ਵਿੱਚ ਮੈਂ ਕੀਤਾ ਸੀ ਜੀ। ਬਿਲਕੁਲ, ਪਰ ਵੇਲਾ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ, ਆਪਾਂ ਬ੍ਰੇਕ ਲੈ ਲਈਏ। ਸ਼ੋਰ ਮੈਮ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਜੀ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ, ਜੁੜੇ ਰਹੋ ਪੰਜਾਬ ਵਨ ਟੀਵੀ ਦੇ ਨਾਲ। ਜੀ ਆਇਆਂ।